सत श्री अकाल जी, मिस्टर सुखदीप यूट्यूब चैनल और फेसबुक पेज में तुहाडा स्वागत है जी। अज आपां तुहाडे लई जिहड़ा ट्रैक्टर लैके आए हैं जी, बहुत ही वधिया ट्रैक्टर तो 1954 मॉडल तो 4x4 फोर व्हील ड्राइव ट्रैक्टर है जी। ये हो सकता भी पंजाब जां अपने इंडिया दे विच बहुत घट ट्रैक्टर होण, जां हो सकता नाम भी होवे भी इक्को ही पीस होवे। आपां दावा नहीं करते पर हो सकता कि इक्को ही पीस होवे, क्योंकि ट्रैक्टर आपां बहुत घट देखे आ। माण कंपनी का ट्रैक्टर है, MAN का, जिस दी कि ट्रांसपोर्ट के ट्रकों के देखा होगा कि ट्रक बहुत आउंदे इस दे, ते ट्रैक्टर दे आप पूरा रिव्यू करांगे। ते अज आप आए हैं जी पिंड बादशाहपुर, सरदार बलजिंदर सिंह जी भंगू साहब को, भंगू फार्म दे विच खड़े हैं जी इस वक्त। आप सरदार साहब सत श्रीकाल जी। सत श्रीकाल जी। सत श्रीकाल। किहड़ा मॉडल ट्रैक्टर है जी अपना? 1954 मॉडल है जी। ये अपने नाम ते ही है जी, पहले नाम? हाँ जी हाँ जी, फर्स्ट ओनर है जी। अच्छा जी, ਕਿੰਨੀ ਕੀਮਤ ਦਾ ਉਦੋਂ ਲਿਆ ਸੀ ਇਹ ਟਰੈਕਟਰ ਜੀ? ਉਦੋਂ 12000 ਦਾ ਲਿਆ ਸੀ ਜੀ। 12000 ਰੁਪਏ ਦਾ। ਕਿੰਨੇ ਕੁ ਟਰੈਕਟਰ ਹੋਣਗੇ ਜੀ ਹੁਣ ਤੱਕ ਆਪਣੇ, ਤੁਸੀਂ ਦੇਖਿਓ ਹੋਰ ਟਰੈਕਟਰ ਜਾਂ ਕੋਈ? ਇਹ ਤਾਂ ਅੱਜ ਤੋਂ ਕੋਈ 40 ਸਾਲ ਪਹਿਲਾਂ, ਮਤਲਬ ਕਿ ਦੇਖਦੇ ਆ 40 ਸਾਲ ਤੋਂ ਪਹਿਲਾਂ ਤਾਂ ਕੋਈ ਟਰੈਕਟਰ ਨਹੀਂ, ਇੱਕ ਟਰੈਕਟਰ ਹੁੰਦਾ ਸੀਗਾ। ਅੱਛਾ ਜੀ। ਉਦੋਂ ਵੀ ਖਤਮ ਹੀ ਹੋ ਗਿਆ ਹੁਣ ਤਾਂ ਜੀ। ਠੀਕ ਹੈ ਜੀ, ਆਪਣੇ ਯਾਨੀ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਹੀ ਆਏ ਹੋਣਗੇ ਟਰੈਕਟਰ। ਸਾਡੇ ਕੋਲ ਮੈਨੂੰ ਤਾਂ ਲੱਗਦਾ ਇੱਕੋ ਹੀ ਪੀਸ ਹੈ ਜੀ। ਇਹ ਕਿੱਥੋਂ ਦਾ ਬਣਿਆ ਹੋਇਆ ਟਰੈਕਟਰ ਹੈ ਜੀ? ਇਹ ਜਰਮਨ ਦਾ ਬਣਿਆ ਜੀ, ਜਰਮਨ ਦਾ। ਤੇ ਜਰਮਨ ਤੋਂ ਹੀ ਉਦੋਂ ਇੰਪੋਰਟ ਕਰਵਾਇਆ ਸੀ ਜਾਂ ਕਿਵੇਂ ਇੱਥੇ ਆਉਂਦੇ ਸੀ? ਬਾਹਰੋਂ ਹੀ ਆਏ ਸੀਗੇ ਇਹ ਟਰੈਕਟਰ ਜੀ। ਅੱਛਾ ਜੀ। ਨਵਾਂ ਹੀ ਲਿਆ ਸੀਗਾ, ਗੁੱਡ ਅਰਥ ਕੰਪਨੀ ਤੋਂ ਲਿਆ ਸੀ ਅਸੀਂ। ਅੱਛਾ ਜੀ। ਜਿਹੜੀ ਆਇਸ਼ਰ ਇੰਪੋਰਟ ਕਰਦੇ ਉਸ ਕੰਪਨੀ ਦਾ। ਤੇ ਇਹਦੇ ਵਿੱਚ ਇੱਕ ਖਾਸੀਅਤ ਮੈਂ ਦੇਖ ਰਿਹਾ ਵੀ ਇਹ ਫੋਰ ਵੀਲ ਡਰਾਈਵ ਆ, ਤੇ ਇੰਜਨ ਇਹਦਾ ਕਿੰਨੇ ਹਾਰਸ ਪਾਵਰ ਆ ਜੀ? ਇਹ 35-35 ਹਾਰਸ ਪਾਵਰ ਆ। 35 ਹਾਰਸ ਪਾਵਰ ਇੰਜਨ ਆ ਜੀ। ਤੇ ਇੱਥੇ ਆ ਇਹਦਾ ਸਿਸਟਮ ਜਿਹੜਾ ਲੱਗਾ ਹੋਇਆ ਕੀ ਆ ਜੀ ਇੱਧਰ? ਇਹਦੇ ਵਿੱਚ ਡੀਜ਼ਲ ਪੰਪ ਆ ਜੀ। ਹਾਂਜੀ। ਤੇ ਆਇਲ ਪੰਪ ਹੈ ਇਹਦਾ, ਦਿਖਾ ਦਿਓ ਜੀ ਖੋਲ ਕੇ। ਖੋਲੀ ਵੀਰੇ। ਆ ਦੇਖੋ ਨਿਚ ਕੰਪਨੀ ਦਾ ਏਅਰ ਕਿਲਨਰ ਹੈ ਜੀ। ਨਿਚ ਦਾ ਡੀਜ਼ਲ ਫਿਲਟਰ ਹੈ ਇਹਦੇ। ਠੀਕ ਹੈ ਜੀ। ਇੱਕ ਤੁਸੀਂ ਦੱਸ ਰਹੇ ਸੀ ਵੀ ਇਹਦੇ ਵਿੱਚ ਕਿਤੇ ਵੀ ਜੈਨ ਨਹੀਂ ਲੱਗਦਾ? ਹਾਂ ਹਾਂ, ਸਿਰਫ ਓਨਲੀ ਹੈਡ ਗਾਸਕਟ ਹੀ ਆ ਜੀ। ਅੱਛਾ ਜੀ, ਬਾਕੀ ਕਿਸੇ ਵੀ ਹਿੱਸੇ ਦੇ? ਕਿਤੇ ਵੀ ਜੈਨ ਨਹੀਂ ਹੈਗਾ ਜੀ। ਜਿੱਥੇ ਵੀ ਜਿਵੇਂ ਮਗਰਲੇ ਸੇ ਤੇਲ ਪੈਂਦਾ ਉੱਥੇ ਵੀ ਜੈਨ ਨਹੀਂ? ਹਾਂ, ਦੇਖੋ ਤੁਹਾਡੇ ਸਾਹਮਣੇ ਹੀ ਆ, ਹੁਣ ਤੁਸੀਂ ਦੇਖ ਲਓ। ਅੱਛਾ ਜੀ। ਇਹ ਡੀਜ਼ਲ ਪੰਪ ਇਹਦਾ ਜੀ। ਇਹ ਟਰੇ ਦਾ ਕੰਮ ਵੀ ਕਰਦੀ ਆ, ਢੱਕ ਕਬਰਡ ਵੀ ਆ। ਮਤਲਬ ਕੰਮ ਕਰਨਾ ਡੀਜ਼ਲ ਦੀ ਹੋਵੇ, ਸਟੇਜ ਨਾ ਹੋਵੇ। ਹਾਂਜੀ ਹਾਂਜੀ। ਆਹ ਇਹਦਾ ਆਇਲ ਫਿਲਟਰ ਹੈ ਜੀ। ਅੱਛਾ ਜੀ। ਆਹ ਡੀਜ਼ਲ ਫਿਲਟਰ ਹੈ ਜੀ। ਠੀਕ ਹੈ ਜੀ। ਹਾਂਜੀ, ਇਹ ਫੈਡਰਲ ਟੈਕਲ ਕੰਪਨੀ ਦਾ ਹੈ। ਤੇ ਹਜੇ ਤੱਕ ਤੁਸੀਂ ਇਹਦਾ ਕੋਈ ਕੰਮ ਵਗੈਰਾ ਕਰਵਾਇਆ ਨਹੀਂ? ਹੁੰਦਾ ਕਿ ਦੇਖੋ ਜੋ ਚੱਲਦਾ ਸੀ ਕੰਮ ਤਾਂ ਕਰਾਉਣਾ ਹੀ ਪੈਂਦਾ ਜੀ। ਹਾਂਜੀ। ਤੇ ਪਾਰਟਸ ਇਹਦੇ ਸਾਰੇ ਓਰੀਜਨਲ ਆ ਹੈ ਨਾ ਜੀ? ਓਰੀਜਨਲ ਪਾਰਟਸ। ਹਾਂਜੀ ਹਾਂਜੀ। ਤੇ ਜਿਵੇਂ ਕਿ ਇਹਦੇ ਰੇਡੀਏਟਰ ਤੁਸੀਂ ਦੱਸ ਰਹੇ ਸੀ, ਇਹ ਓਰੀਜਨਲ ਹੈ, 100% ਓਰੀਜਨਲ। ਲਾਈਟਾਂ ਓਰੀਜਨਲ ਹੈ ਜੀ। ਅੱਛਾ ਜੀ। ਬੋਸ਼ ਰੇਡੀਏਟਰ ਦਿਖਾ। ਬੋਸ਼ ਕੰਪਨੀ ਦੇ ਆ, ਬੋਸ਼ ਦੇ ਦੱਸੀ ਸੀ ਜੀ ਆਪਣੇ। ਠੀਕ ਹੈ। ਇਹ ਲਾਈਟਾਂ ਓਰੀਜਨਲ ਪੂਰੀਆਂ ਜੀ? ਸ਼ੀਸ਼ੇ ਵੀ ਓਰੀਜਨਲ ਜੀ? ਹਾਂ, ਦੇਖੋ ਬੋਸ਼ ਦੇ ਲੱਗੇ। ਅੱਛਾ ਜੀ। ਬੋਸ਼ ਜਰਮਨੀ। ਠੀਕ ਹੈ ਜੀ। ਤੇ ਇਹਦਾ ਜਿਹੜਾ ਫੋਰ ਵੀਲ ਡਰਾਈਵ ਉਹ ਕਿਵੇਂ ਕੰਮ ਕਰਦਾ ਸੀ ਜੀ? ਉਹ ਜੀ ਇੱਥੇ ਲੀਵਰ ਲੱਗਾ ਹੁੰਦਾ ਸੀ ਇੱਥੇ। ਅੱਛਾ ਜੀ। ਤੇ ਉਹਨੂੰ ਔਨ ਕਰ ਦਿੰਦੇ ਸੀ, ਉਦੋਂ ਕਰਦਾ ਸੀਗਾ। ਫਿਰ ਇਹ ਹੁਣ ਤੁਹਾਡੇ ਲੱਗਦਾ ਲਾਏ ਹੋਏ ਹਨਾ ਜੀ? ਹੁਣ ਉਤਾਰਿਆ ਹੋਇਆ, ਇਸ ਤਰ੍ਹਾਂ ਨਾਲ ਸਮਾਨ ਨਹੀਂ ਸੀ ਮਿਲਦਾ, ਫਿਰ ਤੁਹਾਨੂੰ ਪਤਾ ਪ੍ਰੋਬਲਮ ਆ ਜਾਂਦੀ ਆ। ਠੀਕ ਹੈ ਜੀ। ਇਹ ਬੋਸ਼ ਦਾ ਸਿਰਫ ਹੈ ਜੀ ਇਹ। ਅੱਛਾ ਜੀ। ਤੇ ਫੋਰ ਵੀਲ ਡਰਾਈਵ ਨਾਲ ਇਹਦੇ ਕਿੰਨੀ ਕੁ ਪਾਵਰ ਦਾ ਫਰਕ ਪੈ ਜਾਂਦਾ ਸੀ? ਪਾਵਰ ਦਾ ਘੱਟੋ ਘੱਟ 15% ਪਾਵਰ ਦਾ ਫਰਕ ਪੈਂਦਾ ਸੀਗਾ ਜੀ। ਅੱਛਾ ਜੀ। ਹਾਂਜੀ, ਡੀਜ਼ਲ ਖਰਚਾ ਬਹੁਤ ਘੱਟ ਹੈ, 1.5 ਲੀਟਰ ਨਾਲ ਸਵਾਲੇ ਪਹੁੰਚ ਜਾਂਦਾ 30 ਕਿਲੋਮੀਟਰ। ਹਾਂਜੀ। ਟਰਾਲੀ ਪੂਰੀ ਲੋਡ ਆਪਣੀ ਇਹ 1.5 ਲੀਟਰ ਨਾਲ ਪਹੁੰਚ ਜਾਂਦਾ ਸੀ। ਠੀਕ ਹੈ ਜੀ। ਇਹਦਾ ਇਧਰੋਂ ਇਹ ਦੱਸ ਦਿਓ ਜੀ, ਕਿਉਂਕਿ ਵਿੱਚ ਆਪਣੇ ਉਹ ਹੈ ਨਹੀਂ ਗਾ, ਰੋਡ ਵਗੈਰਾ ਹੈ ਨਹੀਂ ਇਹਦੀਆਂ, ਤੇ ਕਿਵੇਂ ਇਧਰਲੇ ਦੋਵੇਂ ਟਾਇਰਾਂ ਦਾ ਕਿਵੇਂ ਕੰਮ ਕਰਦੇ? ਇਹ ਐਕਸਲ ਸੀਗਾ ਇੱਥੇ ਪਿਆ ਹੋਇਆ ਜੀ। ਅੱਛਾ ਜੀ। ਉਧਰੋਂ ਐ ਸ਼ਾਫਟ ਆਉਂਦੇ ਸੀ ਇੱਥੇ, ਆਪਣਾ ਉਹ ਲੱਗਾ ਹੋਇਆ ਪਿਨੀਅਨ ਇਹਦੇ। ਹਾਂਜੀ। ਤੇ ਇਸ ਤਰ੍ਹਾਂ ਉਧਰ ਹੀ ਐਕਸਲ ਲੱਗਾ ਹੋਇਆ ਸੀਗਾ ਇਹਦੇ ਜੀ। ਠੀਕ ਹੈ ਜੀ। ਬਾਕੀ ਹੈਂਡਲ ਨਾਲ ਵੀ ਸਟਾਰਟ ਹੁੰਦਾ, ਇਹ ਜੇ ਬੈਟਰੀ ਨਾ ਹੋਵੇ ਤਾਂ। ਹੈਂਡਲ ਦਾ ਵੀ ਉਹ ਦਿਖਾ ਦਿਓ ਜੀ। ਹਾਂਜੀ ਹਾਂਜੀ। ਕਿੱਥੋਂ ਸਟਾਰਟ ਹੁੰਦਾ? ਆਪਾਂ ਬੇਟੇ ਇਹ ਟੂਏ ਨੂੰ ਬੰਨਦਾ, ਇਹ ਹੁੱਕ ਦਾ ਕੰਮ ਵੀ ਕਰਦਾ। ਅੱਛਾ ਜੀ। ਉਹ ਪਿੱਛੇ ਪਿਆ ਪੁੱਤ। ਇਹ ਨੰਬਰ ਆਪਣੇ ਨਾਮ ਤੇ ਹੋਇਆ? ਪਟਿਆਲੇ ਦਾ ਨੰਬਰ ਆ, PNT ਨੰਬਰ। ਅੱਛਾ ਜੀ। ਤੇ ਹੁਣ ਇਹਨੂੰ ਤੁਸੀਂ ਇਸ ਨੰਬਰ ਨੂੰ ਤੁਸੀਂ ਕਰਵਾਇਆ ਹੋਇਆ ਦੁਬਾਰਾ? ਨਹੀਂ ਕਰਵਾਇਆ ਜੀ, ਜਿੱਦਾਂ ਹੈਗਾ ਇਸੇ ਟਰੈਕਟਰ ਤੇ ਲੱਗਾ, ਕਿਉਂਕਿ ਵੀ ਹੁਣ ਜਿਵੇਂ ਕਿ ਕਾਪੀਆਂ ਨਵੀਆਂ ਵੀ ਬਣ ਜਾਂਦੀਆਂ, ਜੇ ਚੈਪਾਲੀਆਂ ਬਣਵਾਉਣੀਆਂ ਚਾਹੀਏ। ਆਪਾਂ ਨੇ ਬਣਵਾਈ, ਕੀ ਲੋੜ ਆ ਜੀ ਪਾਸਿੰਗ ਵਗੈਰਾ ਕਰਵਾਉਣ ਦੀ? ਜਿਹੜੀ ਚੀਜ਼ ਓਰੀਜਨਲ ਆ ਜੀ, ਇੱਥੇ ਹੈਂਡਲ ਪੈ ਜਾਂਦਾ। ਹਾਂਜੀ ਹਾਂਜੀ ਹਾਂਜੀ। ਠੀਕ ਹੈ ਜੀ। ਤੇ ਇੱਕ ਮੈਂ ਇਹਦੇ ਅੱਗੇ ਦੇਖ ਰਿਹਾ ਸੀ ਕਿ ਲੈਫਟ ਹੈ ਨਹੀਂ ਸੀ ਇਹਦੇ। ਹਾਂ, ਲੈਫਟ ਹੈ ਨਹੀਂ ਕਿ? ਹਾਂਜੀ ਹਾਂਜੀ। ਤੇ ਉਦੋਂ ਆਪਾਂ ਇਹ ਤੋਂ ਕਿਹੜਾ ਕੰਮ ਲੈਂਦੇ ਸੀ ਟਰੈਕਟਰ? ਉਹਦਾ ਕੰਮ ਹੈਰੋ ਸੁਹਾਗੇ ਦਾ ਕੰਮ ਲੈਂਦੇ ਸੀਗੇ ਜੀ। ਅੱਛਾ ਜੀ। ਉਦੋਂ ਨਹੀਂ ਸੀ ਬਾਹਰ ਡਰਿੱਲਾਂ ਵਗੈਰਾ ਨਹੀਂ ਸੀ ਹੁੰਦੀਆਂ। ਹਾਂਜੀ। ਤੇ ਇੱਥੇ ਹੈਰੋ ਪੈਂਦੀ ਸੀਗੀ। ਅੱਛਾ ਜੀ। ਇੱਥੇ ਸੁਹਾਗਾ ਪਾਰੀਦਾ ਸੀ ਇਹਦੇ ਸਰ। ਠੀਕ ਹੈ ਜੀ। ਬਾਕੀ ਜਿਹੜੀ ਸੀਟ ਆ, ਕਮਾਨੀ ਜਾਂ 1.5 ਕੁਇੰਟਲ ਦਾ ਬੰਦਾ ਬਹਿ, ਤਾਂ ਵੀ ਕੋਈ ਪਰਵਾਹ ਨਹੀਂ ਇਹਨੂੰ। ਅੱਛਾ ਜੀ, ਇਹ ਛੋਟੀ ਜਿਹੀ ਕਮਾਨੀ ਦੀ? ਇਹਨੇ ਟੌਪ ਦੀ ਚੀਜ਼ ਆ ਇਹ ਜੀ। ਬਿਲਕੁਲ ਓਰੀਜਨਲ ਸੀਟ ਆ ਹੈ ਨਾ ਜੀ? ਹਾਂਜੀ। ਇੱਥੇ ਇਹਦਾ ਹੁੰਦਾ ਸੀਗਾ ਉਹ 4x4 ਦਾ। ਅੱਛਾ ਜੀ।
ਉਹ ਕਢਵਾਤਾ ਫਿਰ ਜੀ। ਠੀਕ ਹੈ ਜੀ। ਆਹ ਸਾਹਮਣੇ ਹੈਂਡ ਬ੍ਰੇਕ ਹੈ ਜੀ, ਅਤੇ ਆਹ ਵਾਲੀ ਹੈਂਡ ਬ੍ਰੇਕ ਹੈ ਇਹਦੀ। ਅੱਛਾ ਜੀ। ਇਹ ਆਹ ਡਿਫਰੈਂਸ਼ੀਅਲ ਲੋਕ ਹੈ ਜਿਹਦਾ। ਠੀਕ ਹੈ ਜੀ। ਆਹ ਪੀ ਟੀ ਓ ਦਾ ਗੇਅਰ ਹੈ ਜੀ। ਅਤੇ ਇਹਦੇ ਗੇਅਰ ਕਿੰਨੇ ਸੀ ਜੀ? ਗੇਅਰ ਇਹਦੇ ਪੰਜ ਹੈ ਜੀ। ਪੰਜ ਗੇਅਰ ਹੈ। ਹਾਂਜੀ ਹਾਂਜੀ, ਇੱਕ ਰਿਵਰਸ ਹੈ ਜੀ। ਅੱਛਾ ਜੀ। ਅਤੇ ਉਹ ਤੋਂ ਬਿਨਾਂ ਛੇ ਗੇਅਰ ਹੈ ਰਿਵਰਸ ਮੈਂ। ਅਤੇ ਟਾਇਰ ਇਹਦੇ ਓਰੀਜਨਲ ਆਹ ਹੀ ਆਉਂਦੇ ਸੀ? ਨਹੀਂ ਓਰੀਜਨਲ, ਹਾਂ ਸਹਿਜ ਆਹੀ ਸੀਗਾ। ਸਹਿਜ ਆਹ ਹੀ ਆਉਂਦਾ ਸੀ। ਆਹੀ ਸਹਿਜ ਆਉਂਦਾ ਸੀ। ਠੀਕ ਹੈ ਜੀ। ਇੱਕ ਮਗਰ ਜਿਹੜੀ ਪੁਲੀ ਹੈ ਜੀ, ਇਹ ਤੋਂ ਕੀ ਕੰਮ ਲੈਂਦੇ ਸੀ? ਜਿਵੇਂ ਹੁਣ ਉਹ ਆਪਣੇ ਡਰਮੀਆਂ ਹੁੰਦੇ ਸੀ, ਡੰਡਿਆਂ ਬੀਟਰਾਂ ਜਿਹੀਆਂ ਵਾਲੀਆਂ। ਹਾਂਜੀ। ਇਹਨਾਂ ਬਹੁਤ ਕਣਕ ਆਈ ਅਸੀਂ। ਅੱਛਾ ਜੀ। ਹਾਂਜੀ ਹਾਂਜੀ। ਠੀਕ ਹੈ ਜੀ। ਉਦੋਂ 150 ਕਿੱਲੇ ਸਾਡੀ ਵਾਹੀ ਹੁੰਦੀ ਸੀਗੀ। ਠੀਕ ਹੈ ਜੀ। ਹੁਣ ਤਾਂ ਸਾਡੇ ਕੋਲ 400-500 ਏਕੜਾ ਸੁੱਖ ਨਾਲ। ਹਾਂਜੀ। ਉਦੋਂ ਬਸ ਇਹੀ ਕੱਢਦਾ ਹੁੰਦਾ ਸੀਗਾ ਸਾਰੇ। ਤੇ ਪੀਟੀਓ ਸ਼ਾਫਟ ਤੋਂ ਵੀ ਲੈਂਦੇ ਸੀ ਕੰਮ? ਨਹੀਂ, ਪੀਟੀਓ ਤੋਂ ਲੈਂਦੇ, ਪੀਟੀਓ ਤੋਂ ਲਿਆ ਜੀ। ਅੱਛਾ ਜੀ। ਤੁਸੀਂ ਹੁੱਕ ਦੇਖਦੇ ਕਿੰਨਾ ਰੋਡ ਪਾਇਆ ਹੋਊਗਾ, ਕਿੰਨੀ ਮਹਿੰਗੀ ਹੋ ਗਈ ਹੈ। ਬਿਲਕੁਲ ਜੀ। ਹਾਂਜੀ ਸਹੀ ਗੱਲ ਹੈ ਜੀ, ਬਿਲਕੁਲ। ਬਹੁਤ ਕੰਮ ਲਿਆ ਇੱਥੋਂ ਜੀ, ਐਵੇਂ ਕਿਹਾ ਸਾਨੂੰ ਸਰਦਾਰ ਬਣਾ ਤਾ ਇਹਨੇ। ਅੱਛਾ ਜੀ। ਅਸ਼ੈਲਰ ਵਗੈਰਾ ਜੋਰ ਹੈਗਾ ਸਾਰਾ ਕੁਛ ਇਹਦੀ ਮਿਹਰਬਾਨੀ। ਸਭ ਤੋਂ ਪਹਿਲਾ ਟਰੈਕਟਰ ਤੁਹਾਡਾ ਇਹੀ ਸੀ? ਸਭ ਤੋਂ ਪਹਿਲਾ ਟਰੈਕਟਰ ਇਹ। ਹਾਂਜੀ। ਅੱਛਾ ਜੀ। ਹੁਣ ਇਹਦੇ ਪਾਰਟਸ ਵਗੈਰਾ ਨਹੀਂ ਮਿਲਦੇ ਹੋਣੇ, ਹੈ ਨਾ ਜੀ? ਘੱਟ ਮਿਲਦੇ ਆ? ਮਿਲਦੇ ਨਹੀਂ, ਬੜੀ ਕੋਸ਼ਿਸ਼ ਵੀ ਨਹੀਂ ਕਰੀ ਦੇ ਇਹਨੇ। ਅੱਛਾ ਜੀ। ਹਾਂਜੀ ਹਾਂਜੀ। ਹੁਣ ਇਹ ਤੋਂ ਕੰਮ ਨਹੀਂ ਲੈਂਦੇ ਬਿਲਕੁਲ ਜੀ? ਹਾਂਜੀ ਹਾਂਜੀ। ਤੇ ਆ ਮੀਟਰ ਵਗੈਰਾ ਉਦੋਂ ਆਉਂਦੇ ਸੀ? ਇਹ ਮੀਟਰ, ਹਾਂ ਮੀਟਰ ਇਸ ਤਰ੍ਹਾਂ ਹੀ, ਇਹ ਹੁਣ ਬਦਲੇ ਹੋਏ ਆ ਜੀ। ਅੱਛਾ ਜੀ। ਤੇ ਬਾਕੀ ਇਹਦੇ ਖਾਸ ਚੀਜ਼ ਇਹ ਆ, ਇਹ ਟੈਂਕੀ ਵਿੱਚ ਜਾਲੀ ਲੱਗੀ ਹੁੰਦੀ ਹੈ ਜੀ। ਅੱਛਾ ਜੀ। ਹੁਣ ਸ਼ਾਇਦ ਹੋਵੇ, ਹੁਣ ਹੈ ਨਹੀਂ ਕਿ ਸ਼ਾਇਦ ਇਹ ਜਾਲੀ ਲੱਗੀ ਹੁੰਦੀ ਸੀ ਇੱਥੇ। ਆਹ ਢੱਕਣ, ਢੱਕਣ ਓਰੀਜਨਲ ਆ ਦਾ ਆਹ। ਅੱਛਾ ਜੀ। ਹਾਂਜੀ। ਕਿੰਨਾ ਡੀਜ਼ਲ ਪੈ ਜਾਂਦਾ ਸੀ ਇਸ ਟਰੈਕਟਰ ਜਾਂ ਇਹਦੇ? 40 ਲੀਟਰ ਪੈਂਦਾ ਜੀ। ਠੀਕ ਹੈ ਜੀ। ਆਹ ਪੀ ਟੀ ਓ ਦਾ ਜੀ, ਆਹ ਇਹਦੇ ਹੈਂਡ ਬ੍ਰੇਕ ਹੈ ਜੀ। ਹੈਂਡ ਬ੍ਰੇਕ ਅਜੇ ਵੀ ਕੰਮ ਕਰਦੇ ਆ? ਹਾਂ ਕਰਦੇ ਆ, ਇਹ ਵੱਖਰੀ ਹੈ, ਦੂਸਰੇ ਬ੍ਰੇਕਾਂ ਨਾਲੋਂ ਵੱਖਰੀ ਹੈ। ਅੱਛਾ ਜੀ। ਜੋ ਫੇਲ ਹੋਏ ਤੇ ਇਹ ਕੰਮ ਕਰਦੇ ਆ। ਤੇ ਐਕਸੀਲੇਟਰ ਇਹਦਾ ਉਧਰ, ਉਹ ਦੂਸਰੀ ਸਾਈਡ ਪਾਸੇ ਐਕਸੀਲੇਟਰ ਹੈ। ਹਾਂਜੀ। ਹੱਥ ਵਾਲਾ ਵੀ ਉੱਥੇ ਹੀ ਜੀ? ਹਾਂ ਸਭ ਕੁਝ ਉੱਥੇ, ਉਹਨੂੰ ਅੱਗੇ ਕਰ ਲਓ, ਹੈਂਡ ਬਣ ਜਾਂਦਾ ਇਹ। ਅੱਛਾ ਜੀ। ਹਾਂਜੀ। ਤੇ ਆ ਇਹਦਾ ਕਲੱਚ ਆ ਗਿਆ, ਕਲੱਚ ਦੀ ਇੱਥੋਂ ਸੈਟਿੰਗ ਕਰਨ ਨੂੰ ਤੁਸੀਂ ਕਹਿੰਦੇ ਸੀ ਜੀ? ਇਹ ਸੈਟਿੰਗ ਹੋ ਜਾਂਦੀ ਜਿੰਨਾ ਮਰਜ਼ੀ ਕਰ ਲਓ। ਅੱਛਾ ਜੀ। ਹਾਂਜੀ। ਇਹ ਸਾਈਡ ਅਸੀਂ ਤਾਂ ਆਪ ਹੀ ਕਰ ਰਹੇ ਸੀ ਸਾਰਾ ਕੁਛ ਇਹਦਾ ਜੀ। ਅੱਛਾ ਜੀ। ਉਹ ਤਾਂ ਮਕੈਨਿਕ ਦੂਰ ਦਿੱਲੀ ਦੁੱਲੀ ਹੁੰਦੇ ਸੀਗੇ, ਪਟਿਆਲੇ ਤੋਂ ਕੋਈ ਸਵਾਰੀ ਸੀ ਬਾਹਲਾ ਨਾ? ਹਾਂਜੀ ਹਾਂਜੀ, ਉਹ ਦਿੱਲੀ ਤੋਂ ਆਉਂਦੇ ਸੀ ਜਿਹੜੇ। ਤੇ ਇਹ ਸੈਲਫ ਓਰੀਜਨਲ ਹੈ ਨਾ ਜੀ? ਓਰੀਜਨਲ। ਹਾਂਜੀ ਹਾਂਜੀ। ਤੇ ਇਹਦੇ ਅਲਟੀਨੇਟਰ ਜਾਂ ਡੈਨਮੋ ਕੁਛ ਕੀ ਉਹ ਬਦਲੀ ਹੋਈ ਆ? ਅਲਟੀਨੇਟਰ ਲਾਇਆ ਹੋਇਆ ਹੁਣ ਅਸੀਂ। ਅੱਛਾ ਜੀ। ਪਹਿਲਾਂ ਡੈਨਮੋ ਹੁੰਦੇ ਸੀਗੇ ਜੀ। ਠੀਕ ਹੈ ਜੀ। ਡੈਨਮੋ ਦਾ ਜ਼ਮਾਨਾ ਗਿਆ ਆ। ਬਸ ਆ ਮੇਨ ਚੀਜ਼ ਤਾਂ ਹੋਇਆ ਦੇਖੋ, ਬੋਸ਼ ਦੀਆਂ ਲਾਈਟਾਂ ਜੀ। ਹਾਂਜੀ। ਬੋਸ਼ ਦੇ ਸ਼ੀਸ਼ੇ, ਜਰਮਨੀ, ਬੋਸ਼ ਜਰਮਨੀ। ਠੀਕ ਹੈ ਜੀ। ਹਾਂਜੀ। ਅੱਗੇ ਵਾਲੀ ਜਾਲੀ ਇਹ ਵੀ ਓਰੀਜਨਲ ਆ? ਹਾਂਜੀ 100%। ਅੱਛਾ ਜੀ। ਹਾਂਜੀ। 4x4 ਦੀ ਸ਼ਾਫਟ ਹੈ ਨਾ ਇਹ? ਹਾਂਜੀ। ਬਾਕੀ ਕਮਾਨੀਆਂ ਲੱਗੀਆਂ, ਬੜਾ ਆਰਾਮਦਾਇਕ ਕਾਰਵਾਰ ਦਾ ਟਰੈਕਟਰ ਹੈ ਜੀ। ਬਿਲਕੁਲ ਜੀ। ਆਪਣੇ ਆ ਰੇਡੀਏਟਰ ਤਾਂ ਹੁਣ ਬਹੁਤ ਘੱਟ ਦੇਖਣ ਨੂੰ ਮਿਲਦੇ, ਦੇਖੇ ਨਹੀਂ ਹੋਣਾ ਕਿਸੇ 'ਚ। ਹਾਂਜੀ ਹਾਂਜੀ। ਇਹ 100% ਓਰੀਜਨਲ ਆ ਜੀ, ਅਸੀਂ ਕੁਛ ਨਹੀਂ ਬਦਲਿਆ ਹਾਲ ਤੱਕ ਇਹਦਾ। ਅੱਛਾ ਜੀ। ਹਾਂਜੀ। ਠੀਕ ਹੈ ਜੀ। ਗਲਿਆ ਹੀ ਨਹੀਂ ਹੈ, ਲੋਹਾ ਵਧੀਆ ਲੱਗਾ ਹੋਇਆ, ਲੋਹਾ ਟੋਪ ਦਾ ਲੱਗਾ ਜੀ, ਆਪਾਂ ਕਹਿ ਦਈਏ। ਹਾਂਜੀ। ਜਾਲੀਆਂ ਪਾਈਆਂ ਹੋਈਆਂ ਜੀ। ਠੀਕ ਹੈ ਜੀ। ਇੱਥੇ ਵੀ ਜਾਲੀ ਹੁੰਦੇ ਸੀ, ਹੁਣ ਤਾਂ ਨਹੀਂ ਬਾਈਕ 'ਚ ਨਾ। ਅੱਛਾ ਜੀ। ਇੱਥੇ ਵੀ ਜਾਲੀ ਹੁੰਦੇ ਸੀ, ਜਾਣੀ ਹਵਾ ਆਹ ਅਸੀਂ ਵਾਟਰ ਸਪਰੇਟਰ ਲਾਇਆ ਬਾਅਦ 'ਚ, ਕਿਉਂਕਿ ਆਪਣੇ ਇੰਡੀਆ ਨੂੰ ਪਾਣੀ ਪੁਣੀ ਆ ਜਾਂਦਾ ਨਾ। ਹਾਂਜੀ। ਇਹ ਅਸੀਂ ਇਹ ਲਾਇਆ ਵੀ ਜਿਹੜਾ ਪਾਣੀ ਜਿਹੜਾ ਪਾਣੀ ਨਾ ਜਾਵੇ ਪੰਪ 'ਚ। ਠੀਕ ਹੈ ਜੀ। ਆਹ ਸਿਸਟਮ ਹੈ ਜੀ। ਇੱਥੋਂ ਇਹਨੂੰ ਸ਼ੋਅ ਵੀ ਖੋਲ੍ਹ ਕੇ ਦਿਖਾ ਦਿਓ ਜੀ ਇੱਕ ਵਾਰ। ਖੋਲ੍ਹੇ ਮੇਰੇ ਪਰਲੇ ਪਾਸੇ ਤੱਕ। ਆ ਦੇਖੋ ਬੈਟਰੀ ਬੱਚੇ ਆ ਜੀ। ਹਾਂਜੀ। ਅਤੇ ਇਹ ਦੇਖੋ ਸਾਰਾ ਟੈਪਡ ਕਵਰ ਆ। ਅਤੇ ਇੰਜਨ ਦਾ ਕੰਮ ਕਰਾਉਣਾ ਪਿਆ ਉਦੋਂ ਲੈ ਕੇ ਹੁਣ ਤੱਕ ਕਿ ਨਹੀਂ? ਲੋੜ ਨਹੀਂ ਕਰਾਉਣਾ ਪਿਆ ਜੀ, ਐਵੇਂ ਤੁਹਾਨੂੰ ਕਹਿ ਦੇ। ਅੱਛਾ ਜੀ। ਆਹ ਦੇਖੋ ਆ ਬ੍ਰੇਕ ਵਾਲੇ ਵਾਲਾ ਗਾ ਸਿਸਟਮ। ਹਾਂਜੀ। ਆਪਣਾ ਬ੍ਰੇਕਾਂ ਵਾਲਾ ਲਾਈਟ ਵਾਸਤੇ, ਲਾਈਟ ਵਾਸਤੇ ਜੀ। ਹਾਂਜੀ, ਬ੍ਰੇਕਾਂ ਵਾਸਤੇ। ਠੀਕ ਹੈ ਜੀ। ਹਾਂਜੀ। ਇਹਦਾ ਆ ਜਿਹੜਾ ਰੇਡੀਏਟਰ ਜੀ, ਇਹ ਲੀਕ ਤਾਂ ਨਹੀਂਗਾ ਕਿਤੋਂ? ਨਾ ਜੀ ਨਾ, ਬਿਲਕੁਲ ਤੁਹਾਡੇ ਸਾਹਮਣੇ ਪਾਣੀ ਪੂਰਾ ਦੇਖੋ, ਹੋਰ ਅੱਜ ਇਹਨੂੰ ਸਾਲ ਹੋ ਗਿਆ ਖੜੇ ਨੂੰ। ਹਾਂਜੀ, ਸਾਲ ਬਾਅਦ ਹੀ ਪਾਣੀ ਪੂਰਾ ਆਇਆ ਇੱਥੇ। ਅੱਛਾ ਜੀ, ਪਾਣੀ ਪਹਿਲਾਂ ਵਾਲਾ ਹੀ ਉਵੇਂ ਖੜਾ? ਹਾਂਜੀ ਹਾਂਜੀ ਹਾਂਜੀ। ਆ ਦੇਖ, ਬਿਲਕੁਲ ਜੀ। ਹਾਂਜੀ।
ਲੀਕ ਹੋ ਗਿਆ ਫਿਰ ਅੱਗੇ ਚੀਜ਼ ਇਹ ਬਿਲਕੁਲ ਜੀ। ਹੁਣ ਆਪਾਂ ਜੀ ਆਹ ਟਰੈਕਟਰ ਤੁਹਾਨੂੰ ਸਟਾਰਟ ਕਰਕੇ ਦਿਖਾਉਣੇ ਆ ਜੀ। ਇੰਨਾ ਪੁਰਾਣਾ ਟਰੈਕਟਰ ਆ ਪਰ ਅੱਜ ਵੀ ਚਾਲੂ ਹਾਲਤ 'ਚ ਆ ਜੀ ਬਿਲਕੁਲ। ਤੁਸੀਂ ਦੇਖ ਸਕਦੇ ਹੋ ਸਲੋਅ ਰੇਸ 'ਤੇ ਵੀ ਦੇਖ ਸਕਦੇ ਹੋ ਕਿੰਨਾ ਸਲੋਅ ਚੱਲ ਰਿਹਾ ਟਰੈਕਟਰ ਇਹ ਜੀ। ਆਇਲ ਪ੍ਰੈਸ਼ਰ ਆ ਹਾਂਜੀ ਜੀ, ਇੰਜਨ ਦਾ ਪ੍ਰੈਸ਼ਰ ਜੀ। ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਇਹ ਟਰੈਕਟਰ ਤੁਹਾਨੂੰ ਦੇਖਣ ਨੂੰ ਸ਼ਾਇਦ ਨਾ ਮਿਲਿਆ ਹੋਵੇ, ਅਤੇ ਮੈਂ ਵੀ ਇਹ ਟਰੈਕਟਰ ਅੱਜ ਪਹਿਲੀ ਵਾਰ ਦੇਖਿਆ ਸੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਬਹੁਤ ਘੱਟ ਟਰੈਕਟਰ ਆਏ ਆ। ਜੈਨੂਅਨ ਜਿਹਾ ਟਰੈਕਟਰ ਹੈਗਾ ਵਾ ਬਿਲਕੁਲ, ਅਤੇ ਹਾਂਜੀ ਹਾਂਜੀ। ਅਤੇ ਜੇ ਕੋਈ ਹੋਰ ਟਰੈਕਟਰ ਹੋਇਆ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਵੀ ਸਕਦੇ ਹੋ ਕਿ ਟਰੈਕਟਰ ਹੋਰ ਹੈਗੇ ਆ, ਪਰ ਮੇਰੇ ਹਿਸਾਬ ਨਾਲ ਇਹ ਪੰਜਾਬ ਦੇ ਵਿੱਚ ਇਕੱਲਾ ਹੀ ਟਰੈਕਟਰ ਹੈਗਾ ਜੀ, ਹੋਰ ਕੋਈ ਟਰੈਕਟਰ ਨਹੀਂ ਹੋਣਾ। ਵੀਡੀਓ ਅੱਜ ਦੀ ਕਿਵੇਂ ਲੱਗੀ ਉਹ ਵੀ ਜ਼ਰੂਰ ਦੱਸਣਾ ਜੀ। ਦੇਖੋ ਜੀ, ਜਿਹੜੀ ਦੁਰਲੱਭ ਚੀਜ਼ ਆ ਤਾਂ ਬੰਦੇ ਨੂੰ ਦਰਸ਼ਨ ਕਰਾਉਣੇ ਚਾਹੀਦੇ ਆ, ਕਿਉਂ ਐਂਟੀਕ ਚੀਜ਼ਾਂ ਇਹ ਜੀ। ਬਿਲਕੁਲ ਜੀ, ਇਹ ਜ਼ਿੰਦਗੀ 'ਚ ਪਤਾ ਬੰਦਾ ਦੇਖੇ ਨਾ ਦੇਖੇ, ਪਰ ਜਿਹਦੀ ਇਹ ਟੈਕਨੋਲੋਜੀ ਅੱਜ ਦੀ ਟੈਕਨੋਲੋਜੀ ਦੇ ਉੱਪਰ ਆ ਜੀ। ਅੱਛਾ ਜੀ, ਹਾਂਜੀ, ਇਹ ਮਤਲਬ ਕਿ ਅੱਜ 1954 ਸੀਗਾ ਉਦੋਂ ਦਾ ਇਹ ਡੀ ਆਈ ਆ ਇਹ। ਬਿਲਕੁਲ ਜੀ, ਅਤੇ ਇਹ ਨਾ ਹੁਣ ਲਿਖਦੇ ਆ ਟਰੈਕਟਰਾਂ 'ਤੇ ਆ ਡੀ ਆਈ ਏ ਫਲਾਣਾ ਧਮਕਾਣਾ, ਹਾਂਜੀ ਇਹ ਪਹਿਲਾਂ ਤੋਂ ਡੀ ਆਈ ਆ ਸਾਰਾ ਕੁਛ ਇਹ। ਠੀਕ ਹੈ ਜੀ, ਬਾਕੀ ਹੈਂਡਲ ਨਾਲ ਵੀ ਸਟਾਰਟ ਹੁੰਦਾ ਜੀ, ਸਿਰਫ ਨਾਲ ਵੀ ਹੁੰਦਾ ਹੀ ਹੁੰਦਾ ਜੀ। ਹਾਂਜੀ ਹਾਂਜੀ, ਬਾਕੀ ਸਾਰਾ ਕੁਝ ਓਰੀਜਨਲ ਆ, ਸਾਰਾ ਲਾਈਟਾਂ ਸੀਸੇ ਸਭ ਓਰੀਜਨਲ ਆ ਜਿਹੜੇ। ਜਿਹੜਾ ਅੱਗੇ ਕਮਾਨੀਆਂ ਵਾਲੇ ਪੱਟੇ ਆ ਇਹ ਵੀ ਜੰਪ ਦਿੰਦੇ ਸੀ ਜੀ? ਹਾਂ ਪੂਰਾ ਜੰਪ ਹੁਣ ਵੀ ਦਿੰਦੇ ਆ ਜੀ ਇਹ। ਅੱਛਾ ਜੀ, ਜਦੋਂ ਆਪਾਂ ਟਾਈਟ ਨੂੰ ਤੋਰਾਂਗੇ ਨਾ ਐਂ ਤਾਂ ਉੱਠੂਗਾ ਤਾਂ ਉਹਨੂੰ ਮੜ ਜਾਇਆ। ਅੱਛਾ ਜੀ, ਇਹਦਾ ਕਾਰ ਟਾਈਪ ਕਾਰ ਕੰਮ ਟਰੈਕਟਰ ਆ ਇਹ। ਠੀਕ ਹੈ ਜੀ, ਪਿੱਛੇ ਜਿਹਾ ਸੀਟ ਆ ਬਹੁਤ ਵਧੀਆ ਲਚਕਦਾਰ ਆ ਜੀ। ਹਾਂਜੀ ਬਿਲਕੁਲ, ਅਤੇ ਬਾਕੀ ਰੇਡੀਏਟਰ ਵੀ ਓਰੀਜਨਲ ਆ ਸਾਰਾ ਇਹਦਾ ਜੀ। ਠੀਕ ਹੈ ਜੀ, ਅਤੇ ਹੈੱਡ ਗੈਸ ਘਟਿਆ ਇਹਦੇ ਵਿੱਚ, ਬਾਕੀ ਹੋਰ ਜੈਨ ਹੈ ਨਹੀਂ ਗੇ। ਅੱਛਾ ਜੀ, ਆਹ ਸਭ ਖਾਸੀਅਤ ਆ, ਇੰਨੇ ਫੇਸ ਵਧੀਆ ਇਹਦੇ ਜਾਣੀ ਕਿ। ਇਹ ਨਾ ਹੋਣ ਦਾ ਕਾਰਨ ਕੋਈ ਪਤਾ ਤੁਹਾਨੂੰ ਜੀ? ਇਹਦੇ ਜਿਹੜੇ ਫੇਸ ਇਹਨੇ ਵਧੀਆ ਲਾਏ ਹੋਏ ਆ, ਉਹਨੂੰ ਜੈਨਾਂ ਦੀ ਲੋੜ ਹੀ ਨਹੀਂ ਪੈਂਦੀ ਜੀ। ਅੱਛਾ ਜੀ, ਟੈਕਨੋਲੋਜੀ ਇੰਨੀ ਟੋਪ ਦੀ ਸੀ ਜਰਮਨ ਦੀ। ਠੀਕ ਹੈ ਜੀ, ਜਦੋਂ ਗੱਲ ਕਰੋ ਵੀ ਜੇ ਨਾ ਉਹ ਵਰਲਡ ਵਾਰ ਲਾਦੀ ਤਾਂ ਅੱਜ ਜਰਮਨ ਪਤਾ ਕਿੱਥੇ ਪਹੁੰਚਿਆ ਹੁੰਦਾ। ਹਾਂਜੀ ਹਾਂਜੀ ਬਿਲਕੁਲ ਜੀ, ਜਰਮਨ ਦੀ ਟੈਕਨੋਲੋਜੀ ਹਾਲੇ ਵੀ ਦੁਨੀਆਂ ਦੇ ਉੱਪਰ ਦੀ, ਮਤਲਬ ਕਿ ਜਿਹੜੇ ਮਰਸਰੀ ਗੱਡੀ ਉੱਥੋਂ ਦੀ ਆ। ਹਾਂਜੀ ਬਿਲਕੁਲ, ਅਤੇ ਨੰਬਰ 1 'ਤੇ ਸਾਰਾ ਕੁਛ। ਏਅਰ ਕਲੀਨਰ ਵੀ ਨਿੱਚ ਕੰਪਨੀ ਦਾ, ਡੀਜ਼ਲ ਫਿਲਟਰ ਨਿੱਚ ਕੰਪਨੀ ਦੇ ਆ ਜੀ। ਹਾਂਜੀ ਹਾਂਜੀ, ਅਤੇ ਬਾਕੀ ਜਿਹੜਾ ਪੰਪ ਇਹਦਾ ਕਵਰ ਹੈ ਜੀ, ਅਤੇ ਉਹਦੇ ਵਿੱਚ ਡੀਜ਼ਲ ਪੰਪ ਹੈ, ਵਿੱਚ ਆਇਲ ਫਿਲਟਰ ਹੈ ਜੀ। ਅੱਛਾ ਜੀ, ਮੁਗਲ ਆਇਲ ਫਿਲਟਰ ਸਾਫ ਕਰਨ ਵਾਸਤੇ। ਠੀਕ ਹੈ ਜੀ, ਇਸ ਤਰ੍ਹਾਂ ਸਿਸਟਮ ਹੈ ਜੀ ਸਾਰਾ ਜੀ। ਨਹੀਂ ਬਿਲਕੁਲ ਜੀ, ਬਹੁਤ ਵਧੀਆ ਚੀਜ਼ ਆ ਜੀ, ਅਤੇ ਬਹੁਤ ਸਾਂਭ ਕੇ ਰੱਖਿਆ ਹੋਇਆ ਤੁਸੀਂ ਬਿਲਕੁਲ। ਅਜੇ ਤੱਕ ਵੀ ਜਿੰਨਾ ਪੁਰਾਣਾ ਟਰੈਕਟਰ ਹੈਗਾ ਤਕਰੀਬਨ ਅੱਜ 60-65 ਸਾਲ ਹੋ ਗਏ ਇਸ ਟਰੈਕਟਰ ਆਏ ਨੂੰ। ਹਾਂਜੀ ਹਾਂਜੀ ਹਾਂਜੀ, ਅਤੇ ਬਿਲਕੁਲ ਬਿਲਕੁਲ ਸਾਫ ਪਿਆ ਟਰੈਕਟਰ ਤੁਹਾਡਾ ਜੀ। ਅਤੇ ਸਾਡਾ ਤਾਂ ਦੇਖੋ ਕੁਛ ਵੀ ਨਹੀਂ ਸੀਗਾ, ਸਾਡਾ ਤਾਂ ਐਵੇਂ 20-25 ਕਿੱਲੇ ਜ਼ਮੀਨ ਸੀਗੀ। ਹਾਂਜੀ, ਜਦ ਤੋਂ ਅੱਜ 500 ਕਿੱਲਾ ਜ਼ਮੀਨ ਬਣੀ ਹੋਈ ਆ ਜੀ, ਤਾਂ ਇਹਨੂੰ ਮੈਂ ਸਾਂਭ ਕੇ ਰੱਖਿਆ ਇੰਨਾ। ਠੀਕ ਹੈ ਜੀ, ਬਾਕੀ ਤੁਹਾਨੂੰ ਹੁਣ ਮੈਂ ਸਾਡੇ ਫਾਦਰ ਸਾਹਿਬ ਬੈਠੇ ਘਰੇ, ਹਾਂਜੀ ਉਹਨਾਂ ਤੋਂ ਤੁਹਾਨੂੰ ਸਾਰੀ ਹਿਸਟਰੀ ਡਿਟੇਲ 'ਚ ਦੇ ਦਿੰਦੇ। ਠੀਕ ਹੈ ਜੀ, ਠੀਕ ਬਿਲਕੁਲ ਜੀ, ਬਹੁਤ ਧੰਨਵਾਦ ਜੀ ਤੁਹਾਡਾ। ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਜੀ ਆਇਆਂ ਨੂੰ। ਹਾਂਜੀ, ਸਾਨੂੰ ਆ ਕੇ ਮਾਣ ਬਖਸ਼ਿਆ ਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਵੀਡੀਓ ਦੇਖਣ ਲਈ ਧੰਨਵਾਦ ਜੀ, ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ, ਅਤੇ ਆਪਾਂ ਇਹੋ ਜਿਹੀਆਂ ਹੋਰ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ। ਧੰਨਵਾਦ ਜੀ। ਇਹ 4x4 ਹੁੰਦਾ ਜੀ, ਇਹਦਾ ਤਾਂ ਨਾ ਖੋਲ ਤਾਂ ਕਰ ਲਿਆ ਪਤਾ ਜੀ ਮੈਨੂੰ। ਹਾਂ
ਬਾਈ ਲਾਰਸਾਂ ਦੇ ਪਹਿਲਾਂ ਤੋਂ ਹਲੇ ਦੂਜੀਆਂ ਇੱਕ ਵਾਰੀ ਇਹ ਪੁੱਠਾ ਨਹੀਂ ਮੁੜਿਆ ਕਰਦਾ ਸੀ।